ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਕਹਿੰਦੇ ਹਨ ਪਿਆਰ ਇਨਸਾਨ ਤੋਂ ਕੁਝ ਵੀ ਕਰਵਾ ਦਿੰਦਾ ਹੈ। ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ 20 ਸਾਲ ਦੀ ਹਿੰਦੂ ਧਰਮ ਦੀ ਲੜਕੀ ਦੇ ਪ੍ਰੇਮ 'ਚ ਮੁਸਲਿਮ ਧਰਮ ਦੇ ਲੜਕੇ ਨੇ ਆਪਣਾ ਧਰਮ ਪਰਿਵਰਤਨ ਕਰਕੇ ਹਿੰਦੂ ਧਰਮ ਦੀ ਲੜਕੀ ਨਾਲ ਵਿਆਹ ਕਰਵਾ ਲਿਆ। ਪ੍ਰੇਮੀ ਅਤੇ ਪ੍ਰੇਮਿਕਾ ਨੇ ਇਸ ਗੱਲ ਦਾ ਖੁਲਾਸਾ ਇੱਕ ਵੀਡੀਓ ਜ਼ਰੀਏ ਕੀਤਾ, ਜਿਸ 'ਚ ਦੋਨਾਂ ਨੇ ਦੱਸਿਆ ਕਿ ਉਹ 2 ਸਾਲ ਤੋਂ ਇੱਕ ਦੂਸਰੇ ਨਾਲ ਪਿਆਰ ਕਰਦੇ ਹਨ। ਜੋ ਗੱਲ ਲੜਕੀ ਨੇ ਆਪਣੇ ਪਰਿਵਾਰ 'ਚ ਵੀ ਦੱਸੀ ਸੀ, ਇਸ ਦੇ ਬਾਅਦ ਲੜਕੀ ਆਪਣੇ ਪ੍ਰੇਮੀ ਨਾਲ ਚਲੀ ਗਈ ਤੇ 24 ਤਰੀਕ ਨੂੰ ਦੋਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਵਿਆਹ ਕਰਵਾ ਲਿਆ। ਲੜਕੀ ਦੇ ਪਰਿਵਾਰ ਵਾਲਿਆਂ ਨੇ ਉਹਨਾਂ ਤੇ ਹਮਲਾ ਵੀ ਕੀਤਾ, ਜਿਸ ਨੂੰ ਲੈ ਕੇ ਉਹਨਾਂ ਸੁਰੱਖਿਆ ਦੀ ਮੰਗ ਕੀਤੀ। ਹਾਂਜੀ, ਕੀ ਗੱਲ ਹੋਈ ਹੈ ਤੁਹਾਡੀ? ਅਸੀਂ ਕੋਰਟ ਮੈਰਿਜ ਕਰਾਈ ਸੀ 24 ਤਰੀਕ ਨੂੰ ਪੰਜਾਬ ਹਰਿਆਣਾ ਹਾਈ ਕੋਰਟ। ਅਸੀਂ ਕੋਰਟ ਤੇ ਅੱਜ ਇੱਕ ਦੂਜੇ ਨੂੰ, ਮੈਂ 2 ਸਾਲ ਤੋਂ ਜਾਣਦੀ ਹਾਂ ਕਿ ਮੈਂ ਇਹਦੀ ਵੀ ਨਹੀਂ ਰਹਿ ਸਕਦੀ, ਮੈਨੂੰ ਬਹੁਤ ਪਿਆਰ ਕਰਦੀ ਤੇ ਮੇਰੇ ਘਰ ਦੇ ਮੰਮਾ ਨੂੰ ਤਿਆਰ ਨਹੀਂ ਸੀ। ਮੈਂ ਘਰ ਦੱਸਿਆ ਇਸ ਮੈਂ ਵਿਆਹ ਕਰਾਉਣਾ ਕਿ ਨਹੀਂ, ਉਹ ਮੰਨੇ ਨਹੀਂ ਗਏ। ਇਹਦੇ ਬੁੱਢੇ ਦਾ ਬੁੱਢੇ ਨਾਲ ਵਿਆਹ ਰੱਖਤਾ ਸੀ? ਮੈਂ ਬੁੱਢੇ ਵਾਸਤੇ ਹਾਂ, ਬੁੱਢਾ ਰੱਖਿਆ ਮੇਰੇ ਵਾਸਤੇ ਕਿ ਉਹ ਵੀ 35 ਸਾਲ ਦਾ ਬੁੱਢਾ। ਤੁਸੀਂ ਕਿਹੜੀ ਜਗ੍ਹਾ ਤੋਂ? ਬਠਿੰਡਾ ਹੀ, ਮਕਰਾਨੀ ਗਲੀ, ਕੱਪੜਾ ਮਾਰਕੀਟ। ਅੱਛਾ, ਤੇ ਤੁਸੀਂ ਕਿਸ ਜਾਤੀ ਨਾਲ ਸੰਬੰਧ ਰੱਖਦੇ ਹੋ? ਹਿੰਦੂ ਜੀ। ਹਿੰਦੂ ਜੀ। ਅੱਛਾ, ਤੁਸੀਂ? ਹਾਂਜੀ, ਮੈਂ ਧਰਮ ਚੇਂਜ ਕੀਤਾ ਜੀ। ਅੱਛਾ, ਹਿੰਦੂ ਧਰਮ 'ਚ ਆ ਗਏ? ਹਾਂਜੀ। ਅੱਛਾ, ਪਹਿਲਾਂ ਕਿਹੜਾ ਧਰਮ ਸੀ? ਮੁਸਲਿਮ ਸੀ। ਅੱਛਾ, ਹੁਣ ਹਿੰਦੂ ਧਰਮ ਤੁਸੀਂ ਜੁਆਇਨ ਕਰ ਲਿਆ? ਹਾਂਜੀ, ਪੰਡਤ ਤੋਂ ਵੀ ਮੈਰਿਜ ਹੋਈ ਹੈ ਮੰਦਿਰ ਵਿੱਚ। ਤੁਸੀਂ ਕਿੰਨੀ ਦੇਰ ਤੋਂ ਜਾਣਦੇ ਸੀ ਇੱਕ ਦੂਜੇ ਨੂੰ? 2 ਸਾਲਾਂ ਤੋਂ ਜਾਣਦੇ ਹਾਂ। ਲੜਕੀ ਦੇ ਪਰਿਵਾਰ ਵਾਲਿਆਂ ਨਾਲ ਪੁਲਿਸ ਥਾਣੇ 'ਚ ਪਹੁੰਚੇ ਪੰਜਾਬ ਬੀਜੇਪੀ ਸਕੱਤਰ ਨੇ ਕਿਹਾ ਕਿ ਲੜਕੀ ਮੁਸਲਿਮ ਲੜਕੇ ਦੇ ਨਾਲ ਹੀ ਰਹਿ ਰਹੀ ਹੈ, ਲੇਕਿਨ ਪੁਲਿਸ ਪੀੜਤ ਪਰਿਵਾਰ ਦੀ ਕੋਈ ਮਦਦ ਨਹੀਂ ਕਰ ਰਹੀ, ਕਿਉਂਕਿ ਮੁਸਲਿਮ ਲੜਕੇ ਨੇ ਕੋਈ ਧਰਮ ਪਰਿਵਰਤਨ ਨਹੀਂ ਕੀਤਾ, ਨਾ ਹੀ ਲੜਕੇ ਨੇ ਲੜਕੀ ਨਾਲ ਵਿਆਹ ਕੀਤਾ ਹੈ, ਜਿਸ ਨੂੰ ਲੈ ਕੇ ਉਹਨਾਂ ਪੁਲਿਸ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਲੜਕੀ ਨੂੰ ਉਸ ਮੁਸਲਿਮ ਲੜਕੇ ਦੇ ਚੁੰਗਲ ਤੋਂ ਛੁਡਵਾਇਆ ਜਾਵੇ। ਮਾਮਲਾ ਹੈ ਸਾਡੇ ਬਠਿੰਡੇ ਦੀ ਲੜਕੀ ਆ, ਭੋਲੀ ਕੁੜੀ ਆ, ਉਹਨੂੰ ਜਿਹੜਾ ਪੂਰੇ ਹਿੰਦੁਸਤਾਨ 'ਚ ਨਹੀਂ ਪੂਰੇ ਵਰਲਡ 'ਚ ਇੱਕ ਲਵ ਜਿਹਾ ਚੱਲਦਾ ਪਿਆ। ਆਪਾਂ ਦੇਖਦੇ ਹਾਂ ਇੰਗਲੈਂਡ, ਅਮੈਰੀਕਾ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਨਾਲ ਨਿਕਾਹ ਕਰਕੇ ਪਹਿਲਾਂ ਉਹ ਨਾਮ ਰੱਖਦੇ ਆ ਰਾਮੂ, ਦੀਪਕ, ਐਸਾ ਨਾਮ ਰੱਖ ਕੇ ਔਰ ਉਸ ਕੁੜੀ ਨੂੰ ਆਪਦੇ ਜਾਲ 'ਚ ਫਸਾ ਕੇ ਉਹਦੇ ਨਾਲ ਪਹਿਲਾਂ ਹਾਈ ਕੋਰਟ ਰਾਹੀਂ ਜਾਂ ਸਰੀਰਕ ਸੰਬੰਧ ਬਣਾ ਕੇ ਉਹਦੇ ਨਾਲ ਸ਼ਾਦੀ ਕਰ ਲੈਂਦੇ, ਉਸ ਤੋਂ ਬਾਅਦ ਉਹਨੂੰ ਆਹਿਸਤਾ ਆਹਿਸਤਾ ਇਸਲਾਮ ਦੇ ਵਿੱਚ ਲਿਜਾ ਕੇ ਔਰ ਉਹਦੇ 5-7 ਬੱਚੇ ਤੋਂ ਬਾਅਦ ਤਲਾਕ ਦੇ ਦਿੰਦੇ ਆ, ਤਾਂ ਜੋ ਇਸਲਾਮ ਦੀ ਔਰ ਹਿੰਦੂ ਸੰਸਕ੍ਰਿਤੀ ਨੂੰ ਕਿਸੇ ਤਰੀਕੇ ਨਾਲ ਤੋੜਿਆ ਜਾ ਸਕੇ। ਇਹੀ ਮਾਮਲਾ ਬਠਿੰਡੇ ਦੇ ਵਿੱਚ ਆਇਆ, ਇੱਥੇ ਵੀ ਇਹ ਲਵ ਜਿਹਾਦ ਹੋਇਆ ਔਰ ਉਹਦੇ ਪਿੱਛੇ ਬਹੁਤ ਹੀ ਐਸੇ ਅਨਸਰ ਹੈਗੇ ਆ ਜਿਹੜਾ ਉਹਨਾਂ ਦਾ ਪੇਸ਼ਾਵਰ ਲੋਕ ਹੈ, ਉਹ ਇੱਥੋਂ ਕੁੜੀਆਂ ਨੂੰ ਲਿਜਾ ਕੇ ਵੇਚਦੇ ਆ। ਅੱਜ ਤੋਂ ਸਾਲ ਪਹਿਲਾਂ ਵੀ ਮੈਂ SSP ਦੇ ਧਿਆਨ 'ਚ ਲਿਆਂਦਾ ਸੀ ਕਿ ਸਾਡੇ ਬਠਿੰਡੇ ਦੀਆਂ ਬਹੁਤ ਕੁੜੀਆਂ ਐਸੀਆਂ ਜਿਹਨਾਂ ਨੂੰ ਸਾਊਦੀ ਅਰੇਬੀਆ ਜਾਂ ਦੁਬਈ ਦੇ ਵਿੱਚ ਲਿਜਾ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਹੋ ਰਿਹਾ। ਉਧਰ ਲੜਕੀ ਦੀ ਮਾਂ ਮੁਤਾਬਕ ਲੜਕੀ ਨੂੰ ਗੁੰਮਰਾਹ ਕੀਤਾ ਗਿਆ ਹੈ, ਉਹਨਾਂ ਡਰ ਹੈ ਕਿ ਕਿਤੇ ਲੜਕੀ ਨੂੰ ਅੱਗੇ ਵੇਚਿਆ ਨਾ ਜਾਵੇ, ਇਸ ਲਈ ਪੁਲਿਸ ਤੋਂ ਲਗਾਤਾਰ ਮੰਗ ਕਰ ਰਹੇ ਹਨ ਕਿ ਲੜਕੀ ਦਾ ਪਤਾ ਲਗਾ ਕੇ ਉਸ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਇਆ ਜਾਵੇ, ਕਿਉਂਕਿ ਉਸ ਦਾ 12 ਦਿਨਾਂ ਤੋਂ ਕੋਈ ਅਤਾ ਪਤਾ ਨਹੀਂ ਹੈ। ਅਸੀਂ ਘਰੋਂ ਇਹ ਕਹਿ ਕੇ ਗਈ ਸੀ, ਨਾਈਟ ਸੂਟ 'ਤੇ ਗਈ, ਉਵੇਂ ਹੀ ਉਹ ਘੰਟਾ ਉਹਦਾ ਫੋਨ ਲੱਗਿਆ, ਅਸੀਂ ਫੋਨ ਕੀਤਾ, ਕਹਿੰਦੀ ਮੰਮੀ ਮੈਂ ਆਉਂਦੀ ਹਾਂ, ਮੈਂ ਮੇਰੀ ਸਹੇਲੀ ਘਰੇ ਹਾਂ। 10 ਵਜੇ ਉਹਦਾ ਫੋਨ ਉਸ ਵਿੱਚੋਂ ਫਾਣ ਲੱਗ ਗਿਆ, ਉਹਦੇ ਦੀ ਸਾਡੀ ਬੁੜੀ ਮੰਜੇ 'ਤੇ ਪਈ ਆ ਬੇ ਸਦਮੇ ਦੇ ਵਿੱਚ, ਘਰ ਵਾਲਾ ਮੇਰਾ ਨਸ਼ੇ ਕਰਦਾ ਗਿਆ, ਇਹਨੂੰ ਉਹ ਨਹੀਂ ਸਮਝ ਹੈਗੀ, ਸਾਥ ਦੇਣ ਵਾਲਾ ਕੋਈ ਨਹੀਂ, ਗਲੀ ਮੁਹੱਲੇ ਨੇ ਮੇਰਾ ਪੂਰਾ ਸਾਥ ਦਿੱਤਾ, ਬਾਕੀ ਸਾਨੂੰ ਬੁੱਧੂ ਬਣਾ ਰੱਖਿਆ ਹੈਗਾ ਵੀ ਇੱਧਰ ਮਿਲ ਗਈ ਕੁੜੀ ਬਰਨਾਲੇ ਆ ਫਲਾਨੀ ਥਾਂ 'ਤੇ ਤਿਮਕੀ ਥਾਂ 'ਤੇ, ਫਿਰ ਸਾਨੂੰ ਕਿਤੇ ਕੁੜੀ ਨਹੀਂ ਮਿਲੇਗੀ, ਸਾਨੂੰ ਗੁੰਮਰਾਹ ਕਰੀ ਜਾਂਦੇ ਆ, ਸਾਡੀ ਸੁਣਵਾਈ ਨਹੀਂ ਕਰਦੇ। ਮੈਂ ਕੁੜੀ ਨੂੰ ਮਿਲਣਾ ਚਾਹੁੰਦੀ, ਇੱਕ ਵਾਰੀ ਕੁੜੀ ਮੇਰੀ ਭੋਲੀ ਸੀਗੀ, ਕੁੜੀ ਮੇਰੀ ਬਹਿਕਾਵੇ 'ਚ ਆਈ ਵੀ ਆ, ਐਡਾ ਕਦਮ ਉਹ ਨਹੀਂ ਉਠਾ ਸਕਦੀ, ਕਰੋ ਉਹਨੇ ਕਦੇ ਮੇਰੇ ਬਿਨਾਂ ਕਿਤੇ ਬਾਜ਼ਾਰ ਵੀ ਨਹੀਂ ਜਾਂਦੀ ਸੀ, ਉਹ ਨੇੜੇ ਦੁਕਾਨ 'ਤੇ ਗਈ ਹੈ ਸਮਾਨ ਲੈਣ, ਅੱਗੇ ਵੀ ਵੀਰੋ ਜਾਂਦੀ ਸੀਗੀ, ਹਮੇਸ਼ਾ ਜਾਂਦੀ ਸੀ, ਆਉਂਦੀ ਸੀ, ਸਾਨੂੰ ਪੂਰਾ ਵਿਸ਼ਵਾਸ ਸੀ ਉਹ 'ਤੇ ਮੁਸਲਮਾਨ, ਸਾਨੂੰ ਇਹ ਵੀ ਨਹੀਂ ਪਤਾ, ਸਾਨੂੰ ਗਲੀ ਵਾਲੇ ਨੇ ਸਾਰੇ ਡਿਟੇਲ ਕੱਢੇ, ਮੁਸਲਮਾਨ ਭਜਾ ਕੇ ਲੈ ਗਿਆ ਉਹਨੂੰ, ਇਹ ਨਹੀਂ ਪਤਾ ਹੁਣ ਕੀ ਗੱਲ ਹੋਈ, ਉਹਦੇ ਨਾਲ ਕੀ ਬੀਤਿਆ, 10 ਦਿਨ ਹੋ ਗਏ ਅਸੀਂ ਕੁੜੀ ਦੀ ਕੋਈ ਸ਼ਕਲ ਨਹੀਂ ਦੇਖੀ, ਕਿਵੇਂ ਹੈਗੀ ਕਿਵੇਂ ਨਹੀਂ, ਦਿਨ ਰਾਤ ਮੈਂ ਰੋਨੀ ਉਹਦੇ ਦੀ, ਮੈਂ ਬਿਮਾਰ ਪਈ ਹਾਂ ਮੰਜੇ 'ਤੇ। ਪੁਲਿਸ ਮੁਤਾਬਿਕ ਲੜਕਾ ਅਤੇ ਲੜਕੀ ਬਾਲਿਗ ਹਨ, ਜਿਸ ਦੇ ਚੱਲਦਿਆਂ ਉਹਨਾਂ ਵਿਆਹ ਕਰਵਾਇਆ, ਹਾਈ ਕੋਰਟ ਵੱਲੋਂ ਪ੍ਰੋਟੈਕਸ਼ਨ ਵੀ ਦਿੱਤੀ ਗਈ ਹੈ ਅਤੇ ਦੋਨਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਦੇ ਘਰ 'ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਹਮਲਾ ਵੀ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਬਿਆਨ ਦਰਜ ਕਰ ਲਏ ਗਏ ਹਨ ਅਤੇ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤਹਿਤ ਲੜਕਾ ਲੜਕੀ ਨੇ ਸੁਰੱਖਿਆ ਦੀ ਮੰਗ ਕੀਤੀ, ਜਿਸ ਨੂੰ ਧਿਆਨ 'ਚ ਰੱਖ ਕੇ ਸੁਰੱਖਿਆ ਵੀ ਦਿੱਤੀ ਜਾਵੇਗੀ। ਇਹ ਕੁੜੀ ਹੈ ਰਵੀਨਾ ਜਿਹੜੀ ਬਾਲਗ ਹੈ ਅਤੇ ਮੁੰਡਾ ਹੈਗਾ ਦੀਪਕ ਕੁਮਾਰ ਜਿਹੜਾ ਉਹ ਵੀ ਬਾਲਗ ਹੈ, ਇਹਨਾਂ ਦੋਵਾਂ ਨੇ ਆਪਣੇ ਬਾਲਗ ਹੋਣ ਦੇ ਕਾਰਨ ਮੈਰਿਜ ਕਰਾਈ ਹੈ, ਜਿਹਦੇ ਵੱਲੋਂ ਸਾਨੂੰ ਹਾਈ ਕੋਰਟ ਦਾ ਹੁਕਮ ਵੀ ਇਹਨਾਂ ਪ੍ਰੋਟੈਕਸ਼ਨ ਵਾਸਤੇ ਆਇਆ, ਅਤੇ ਅੱਜ ਕੁੜੀ ਦੇ ਕਹਿਣ ਨੂੰ ਵੀ ਉਹਦੇ ਘਰ ਦੇ ਉਹਦੇ ਕੋਲ ਆਇਆ ਅਤੇ ਉਹਨਾਂ ਨੇ ਸਾਡੇ 'ਤੇ ਅਟੈਕ ਕੀਤਾ, ਅਸੀਂ ਇੱਕ ਵਾਰ ਮੌਕਾ ਵੇਖ ਲਿਆ, ਜਿਵੇਂ ਸਟੇਟਮੈਂਟ ਲਿਖਾਉਂਦੇ ਹੋਈ ਕਾਰਵਾਈ ਕਰਾਂਗੇ। ਬਠਿੰਡਾ ਤੋਂ ਜੱਸੀ ਬਰਾੜ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।